ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਫਿਲਮੀਗੜ੍ਹ ਮੈਂ ਪ੍ਰਾਗ ਸਿੰਘ ਮੈਂ ਜਾਣਦਾ ਸਾਰਿਆਂ ਨੂੰ ਉਡੀਕਾਂ ਹੁੰਦੀਆਂ ਕਦੋਂ ਨਵੀਂ ਨਵੀਂ ਫਿਲਮਾਂ ਅਨਾਊਂਸ ਹੋਣ ਅਤੇ ਅਸੀਂ ਜਾ ਕੇ ਉਹਨਾਂ ਨੂੰ ਸਿਨੇਮਾ ਘਰਾਂ 'ਚ ਦੇਖੀਏ ਪਿਛਲੇ ਲੰਬੇ ਸਮੇਂ ਤੋਂ ਕਰੋਨਾ ਲੋਕਡਾਊਨ ਇਹ ਚੀਜ਼ਾਂ ਸਭ ਰਹੀਆਂ ਸੀ ਸਿਨੇਮਾ ਘਰਾਂ ਬੰਦ ਸੀਗੇ ਬਟ ਹੁਣ ਫਾਈਨਲੀ ਉਹ ਸਭ ਠੀਕ ਹੋ ਗਿਆ ਸਾਰੀ ਚੀਜ਼ਾਂ ਟਰੈਕ 'ਤੇ ਨੇ ਹੁਣ ਫਿਲਮਾਂ ਥਰਡ ਥਰਡ ਰਿਲੀਜ਼ ਹੋ ਰਹੀਆਂ ਨੇ ਫਿਲਮਾਂ ਸਾਰੀਆਂ ਹੀ ਔਰ ਮੇਨ ਗੱਲ ਇਹ ਹੁੰਦੀ ਹੈ ਕਿ ਆਪਾਂ ਇਹ ਤਾਂ ਕਹਿ ਦਿੰਦੇ ਹਾਂ ਚਲੋ ਫਿਲਮਾਂ ਰਿਲੀਜ਼ ਹੋ ਰਹੀਆਂ ਨੇ ਮੇਨ ਗੱਲ ਲੋਕ ਦੁਬਾਰਾ ਸਿਨੇਮਾ ਘਰਾਂ 'ਚ ਜਾ ਰਹੇ ਨੇ ਸਿਨੇਮਾ ਦੁਬਾਰਾ ਰਿਵਾਈਵ ਹੋ ਰਹੇ ਨੇ ਚੰਗੀ ਕਮਾਈ ਫਿਲਮਾਂ ਕਰ ਰਹੀਆਂ ਨੇ ਅਤੇ ਹੁਣ ਅਨਾਊਂਸਮੈਂਟਾਂ ਬੈਕ ਟੂ ਬੈਕ ਫਿਲਮਾਂ ਦੀ ਹੋ ਰਹੀਆਂ ਨੇ ਹੁਣ ਸਾਗਾ ਨੇ ਕਰ ਦਿੱਤੀ ਹੈ ਆਪਣੀ ਨਵੀਂ ਫਿਲਮ ਅਨਾਊਂਸ ਜਿਸਦਾ ਨਾਮ ਹੈ ਟੈਲੀਵਿਜ਼ਨ ਜਿਸਦੇ ਵਿੱਚ ਸਾਨੂੰ ਮੇਨ ਲੀਡ 'ਤੇ ਕੁਲਵਿੰਦਰ ਬਿੱਲਾ ਅਤੇ ਮੈਂਡੀ ਤੱਖੜ ਦੇਖਣ ਨੂੰ ਮਿਲਣਗੇ ਫਿਲਮ ਬਹੁਤ ਖਾਸ ਹੋਣ ਵਾਲੀ ਹੈ ਫਿਲਮ ਜਿਵੇਂ ਨਾਮ ਹੀ ਟੈਲੀਵਿਜ਼ਨ ਹੁਣ ਟੈਲੀਵਿਜ਼ਨ ਦੇਖਦੇ ਹਾਂ ਉੱਪਰ ਲਿਖਿਆ ਹੋਇਆ ਟੈਲੀਵਿਜ਼ਨ ਪੋਸਟਰ ਜਦ ਆਪਾਂ ਦੇਖਦੇ ਹਾਂ ਪੋਸਟਰ ਦੇ ਉੱਤੇ ਲਿਖਿਆ ਹੋਇਆ ਤਸਵੀਰਾਂ ਬੋਲਦੀਆਂ ਯਾਨੀ ਕਿ ਇਹ ਪੁਰਾਣੇ ਸਮੇਂ ਦੀ ਗੱਲ ਕੀਤੀ ਹੋਈ ਹੈ ਪੁਰਾਣੇ ਸਮੇਂ 'ਚ ਲੋਕ ਬੋਲਦੇ ਸੀ ਕਿ ਤਸਵੀਰਾਂ ਬੋਲਦੀਆਂ ਨੇ ਤਾਂ ਜੇ ਇਸ ਤੋਂ ਸਾਨੂੰ ਇਹ ਪਤਾ ਚੱਲਦਾ ਕਿ ਇਹ ਸਟੋਰੀ ਜੋ ਹੋਏਗੀ ਇਹ ਪੁਰਾਣੇ ਟਾਈਮ ਦੀ ਹੋਏਗੀ ਜਦੋਂ ਨਵਾਂ ਨਵਾਂ ਟੈਲੀਵਿਜ਼ਨ ਆਇਆ ਸੀਗਾ ਉਦੋਂ ਬਹੁਤ ਘੈਂਟ ਮਾਹੌਲ ਹੁੰਦਾ ਸੀ ਕਿਉਂਕਿ ਸਾਰੇ ਪਿੰਡ 'ਚ ਕਿਸੇ ਇੱਕ ਕੋਲ ਹੀ ਟੀ ਵੀ ਹੁੰਦਾ ਸੀ ਹੁਣ ਤਾਂ ਚਲੋ ਆਪਾਂ ਸਾਰਿਆਂ ਕੋਲ ਹੀ ਕਿਸੇ ਦੇ ਕੋਲ ਯੂਟਿਊਬ 'ਤੇ ਕੋਈ ਚੱਕ ਕੇ ਰੱਖਦਾ ਹੈ ਨਾ ਕਿਸੇ ਕੋਲ ਓ ਟੀ ਟੀ ਪਲੈਟਫਾਰਮ ਦੇਖਦੇ ਹਾਂ ਬਟ ਉਦੋਂ ਪੂਰੇ ਪਿੰਡ 'ਚ ਸਿਰਫ ਇੱਕ ਟੀ ਵੀ ਹੁੰਦਾ ਸੀ ਅਤੇ ਸਾਰਾ ਪਿੰਡ ਇਕੱਠਾ ਹੋ ਕੇ ਉਹ ਟੈਲੀਵਿਜ਼ਨ ਨੂੰ ਦੇਖਦਾ ਸੀਗਾ ਉਸਦੇ ਹੀ ਬਾਰੇ ਮੈਨੂੰ ਲੱਗਦਾ ਇਹ ਸਾਰੀ ਸਟੋਰੀ ਹੋਣ ਵਾਲੀ ਹੈ ਇਸਦੀ ਸਟੋਰੀ ਨੂੰ ਡਾਇਰੈਕਟ ਕਰ ਰਹੇ ਨੇ ਤਾਜ ਅਤੇ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਇਸਦੀ ਬਾਕੀ ਸਟਾਰਕਾਸਟ ਦੀ ਇਸਦੇ ਵਿੱਚ ਸਾਨੂੰ ਨਜ਼ਰ ਆਉਣਗੇ ਗੁਰਪ੍ਰੀਤ ਘੁੱਗੀ ਸੀਮਾ ਕੌਸ਼ਲ ਬੀਅਨ ਸ਼ਰਮਾ ਗੁਰਮੀਤ ਸਾਜਨ ਗੁਰਪ੍ਰੀਤ ਕੌਰ ਪੰਗੂ ਬਨਿੰਦਰ ਬਨੀ ਪ੍ਰਕਾਸ਼ ਗਾਦੂ ਦਿਲਾਵਰ ਸਿੱਧੂ ਰਾਜ ਤਾਲੀਵਾਲ ਸਤਿੰਦਰ ਕੌਰ ਪ੍ਰਿੰਸ ਕਵਲਜੀਤ ਮੋਹਿਨੀ ਅਤੇ ਬੀ ਮਨੂ ਅਤੇ ਜੇ ਇਸਦੇ ਮੈਂ ਪ੍ਰੋਡਿਊਸਰਾਂ ਦੀ ਗੱਲ ਕਰਾਂ ਤਾਂ ਇਸ ਨੂੰ ਪ੍ਰੋਡਿਊਸ ਕਰ ਰਹੇ ਨੇ ਸੁਮੀਤ ਸਿੰਘ ਪੁਸ਼ਪਿੰਦਰ ਕੌਰ ਸਾਰੇ ਹੀ ਬਹੁਤ ਜ਼ਿਆਦਾ ਐਕਸਾਈਟਡ ਨੇ ਇਸ ਮੂਵੀ ਨੂੰ ਅਤੇ ਇਸ ਮੂਵੀ ਨੂੰ ਜਿਨ੍ਹਾਂ ਨੇ ਲਿਖਿਆ ਹੈ ਉਹ ਹੈ ਜੀ ਮਨੀ ਮਨਜਿੰਦਰ ਅਤੇ ਉੱਥੇ ਜੇ ਮੈਂ ਗੱਲ ਕਰਾਂ ਉਸ ਦੌਰ ਦੀ ਮੈਂ ਆਪਣੇ ਘਰਦਿਆਂ ਨੂੰ ਜਦ ਗੱਲ ਕੀਤੀ ਹੈ ਨਾ ਆਪਾਂ ਗੱਲ ਕਰਦੇ ਹਾਂ ਵੀ ਟੈਲੀਵਿਜ਼ਨ ਮੂਵੀ ਆ ਰਹੀ ਹੈ ਤਾਂ ਉਹ ਬਹੁਤ ਐਕਸਾਈਟਡ ਸੀ ਉਹ ਮੂਵੀ ਦੇਖਣ ਨੂੰ ਕਿਉਂਕਿ ਉਹਨਾਂ ਨੇ ਉਹ ਦੌਰ ਹੰਢਾਇਆ ਹੋਇਆ ਉਹ ਚੀਜ਼ਾਂ ਉਹਨਾਂ ਨਾਲ ਹੋਈਆਂ ਹੋਈਆਂ ਮੈਂ ਇਸ ਲਈ ਐਕਸਾਈਟਡ ਹਾਂ ਕਿਉਂਕਿ ਉਹ ਚੀਜ਼ਾਂ ਮੈਂ ਦੇਖਣਾ ਚਾਹੁੰਦਾ ਵੀ ਉਦੋਂ ਕੀ ਹੁੰਦਾ ਸੀਗਾ ਅਤੇ ਫੈਮਿਲੀ ਫਿਲਮ ਹੈ ਰੋਮ ਕੌਮ ਕੌਮੇਡੀ ਹੋਣ ਵਾਲੀ ਆ ਫੁੱਲ ਕੌਮੇਡੀ ਹੋਏਗੀ ਅਤੇ ਫੈਮਿਲੀ ਫਿਲਮ ਹੋਏਗੀ ਮੈਂ ਬਹੁਤ ਜ਼ਿਆਦਾ ਐਕਸਾਈਟਡ ਹਾਂ ਇਸਦੇ ਟ੍ਰੇਲਰ ਨੂੰ ਦੇਖਣ ਨੂੰ ਅਤੇ ਇਹ ਫਿਲਮ ਨੂੰ ਦੇਖਣ ਨੂੰ ਫਿਲਮ ਹੋ ਰਹੀ ਹੈ 24 ਜੂਨ ਨੂੰ ਰਿਲੀਜ਼ ਅਤੇ ਇਸਦਾ ਟ੍ਰੇਲਰ ਵੀ ਜਲਦੀ ਸਾਨੂੰ ਦੇਖਣ ਨੂੰ ਮਿਲ ਜੂਗਾ ਤੁਸੀਂ ਕਿੰਨੇ ਕੁ ਐਕਸਾਈਟਡ ਹੋ ਇਸ ਮੂਵੀ ਲਈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਹੋਰ ਨਵੀਂ ਅਪਡੇਟ ਦੇ ਲਈ ਦੇਖਦੇ ਰਹੋ ਫਿਲਮੀਗੜ੍ਹ